ਅੱਛਾ ਭਦਰਪਾ ਜੀ ਕਿੰਨੀਆਂ ਰੋਟੀਆਂ ਖਾਣੇ ਤੋਂ ਰੋਟੀਆਂ 40 50 ਕਹੇ ਕੋਸੀ ਨਹੀਂ ਆ ਕਰੀਆਂ ਇੱਕੋ ਟੈਂਕ ਤੇ ਆੜੀ ਕਿੰਨੀਆਂ 40 ਕਹੇ ਕੋਸੀਆਂ ਜਿਹੜੀਆਂ ਰੋਟੀਆਂ ਜਿਹੜੀਆਂ ਜ਼ਿਆਦਾ ਛੋਟ ਛੋਟੀਆਂ ਜਿਹਦਾ ਢਾਗੇ ਦੀਆਂ ਉਹ ਤਾਂ ਜ਼ਿਆਦਾ ਖਾ ਹੋ ਜਾਂਦੀ ਮਦਰਪਾ ਜੀ ਇੰਨੀ ਭੁੱਖ ਲੱਗਦੀ ਹੈ ਤੁਹਾਨੂੰ ਜਾਂ ਕੀ ਚੱਕਰ ਕੀ ਆ ਆਹੋ ਇੱਕੋ ਟੈਂਕ ਖਾ ਲਈ ਆ ਦੇੜੀ ਚ ਰੱਜ ਕੇ ਦੂਏ ਟੈਂਕ ਤਾਂ ਖੇਰੇ ਖਾਣੀ ਜਾ ਕੇ ਘਰ ਨੂੰ ਮਿਲਦੀ ਹੁੰਦੀ ਘਰ ਸਰਦੀਰ ਸਾਈਕਲ ਤੇ ਰਹਿੰਦੇ ਹੋ ਸਾਈਕਲ ਤੇ ਖੜ ਕੇ ਲੰਘ ਰਿਹਾ ਤਾਂ ਕਹਿ ਕੇ ਨਹੀਂ ਸਕੰਦੇ ਖੜ ਕੇ ਹੀ ਖਾਲੀ ਬੰਦੇ ਖੜਦੇ ਨਹੀਂ ਫੇ ਤੁਸੀਂ ਬੰਦੇ ਨਹੀਂ ਖੜ ਕੇ ਖਾਲੀ ਆਪੇ ਟਾਈਮ ਜਿਆਦਾ ਲੱਗ ਜਾਂਦਾ ਘੰਟਾ ਦੇਰ ਘੰਟਾ ਖੜ ਕੇ ਠੀਕ ਜੰਦਾ ਛਾਰਤਾਂ ਲਾਈਨ ਇਹਦੇ ਕੋਈ ਗੁੰੰਦਾ ਹੁੰਦਾ ਹੁੰਦਾ ਲਾਉਣ ਵਾਲਾ ਉਧਰ ਜਾਣਾ ਹੁਣ ਦਿੱਲੀ ਨੂੰ ਜਾਂਦੇ ਨੇ ਕਿ ਟੱਗ ਆਇਆ ਕਹਿੰਦੇ ਲੱਖ ਰੁਪਏ ਨਾਕ ਦਿੰਦੇ ਕੱਪ ਟੈਂਸ਼ਨ ਕਿ ਲੋ ਜੇਬੀਆਂ ਵੀ ਖਾਧੀਆਂ ਕੋਲਾ ਕੋਲਾ ਗਰਮ ਗਰਮ ਗੋੜ ਖਾਧੀਆਂ ਜਿਹੜੀ ਕਿਉਂ ਸਵਾਰ ਕਰੀਏ ਲੱਗਦੀ ਸੀ ਹੁਣ ਜਾਂ ਛੱਡੀਆਂ ਤਾਂ ਘੱਟੀਆਂ ਹੁਣ ਥੋੜੀ ਖਾਈ ਦੀ ਲੇਕਿਨ ਬੇਲੀਪੋਸ ਪੰਜਾਬੀ ਤੁਸੀਂ ਦੇਖ ਰਹੇ ਹੋ ਔਰ ਪਿਛਲੇ 2 ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਆ ਕਿ ਇੱਕ ਨੋਰਾ ਪਿੰਡ ਦਾ ਰਹਿਣ ਵਾਲਾ ਇਨਸਾਨ ਜਿਹੜਾ ਉਹ ਇੱਕੋ ਵੇਲੇ ਜਿਹੜੇ 60 ਰੋਟੀਆਂ ਕਹਿੰਦਾ ਪਰ ਜਦੋਂ ਅਸੀਂ ਇਸ ਗੱਲ ਦੀ ਸੱਚਾਈ ਨੂੰ ਜਨਰਲੀ ਪਿੰਡ ਨੋਰਾ ਵਿਖੇ ਵਿਜ਼ਿਟ ਕੀਤੀ ਤਾਂ ਸਾਨੂੰ ਦੋ ਦਿਨ ਉਹ ਇਨਸਾਨ ਨਹੀਂ ਮਿਲਿਆ ਅੱਜ ਥੋੜੇ ਜਿਹਾ ਹਨੇਰਾ ਹੋ ਗਿਆ ਅਸੀਂ ਉਹਨਾਂ ਨੂੰ ਦੇਖਿਆ ਔਰ ਉਹਨਾਂ ਨਾਲ ਗੱਲਬਾਤ ਕੀਤੀ ਕੀ ਕਿਹਾ ਔਰ ਕਿਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੈਗੀ ਆ ਉਸ ਇਨਸਾਨ ਦੀ ਆਉ ਤੁਹਾਨੂੰ ਦਿਖਾਉਨੇ ਆ ਔਰ ਮਿਲਾਉਨੇ ਆ ਤੁਹਾਨੂੰ ਉਸ ਇਨਸਾਨ ਦੇ ਨਾਲ ਜਿਸਦਾ ਨਾਮ ਬਹਾਦਰ ਸਿੰਘ ਪਿੰਡ ਨੋਰਾ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਔਰ ਦਿਖਾਉਂਦੇ ਆ ਤੁਹਾਨੂੰ ਕਿ ਅਸਲ ਸੱਚਾਈ ਕੀ ਆ ਇਹ ਪਾਜੀ ਕੀ ਨਾ ਆਪਣਾ ਸਾਡਾ ਗੁਆਦਰ ਜੀ ਤੇ ਇਹ ਹੈਗਾ ਸਿਲੰਡਰ ਕੋਲਾ ਹੈ ਜੀ ਕੱਚਾ ਸਿਲੰਡਰ ਕੋਲਾ ਕੱਚਾ ਗੁਆਦਰ ਬਦਰ ਹਾਂਜੀ ਬਦਰ ਜੀ ਕੀ ਕੰਮ ਕਰਦੇ ਤੁਸੀਂ ਕੰਮ ਇਹੀ ਗੁਰੂ ਘਰ ਜਾਇਦਾ ਇੱਧਰ ਲੰਗਰ ਛਕੀਦਾ ਜਿੱਥੇ ਖੰਡਕਵਾਟ ਰੱਖੇ ਹੁੰਦੇ ਆ ਜੰਗੇਲਿਆਂ ਚ ਗੋਹਰੇ ਲੰਗਰ ਛਕੀਦਾ ਇੱਕੋ ਟੈਂਗ ਦੇ ਆੜੀ ਸੀ ਤੇ ਕਿੱਥੇ ਛਕਦੇ ਹੋ ਲੰਗਰ ਗੁਰੂ ਘਰ ਜਾ ਦੱਸਿਆ ਤੂੰ ਗਿਆ ਨਹੀਂ ਦੱਸ ਇੱਕ ਕਿਹੜੇ ਗੁਰੂ ਘਰ ਸਾਰੇ ਜਿੰਨੇ ਗੁਰਦੁਆਰੇ ਹੁੰਦੇ ਆ ਉੱਥੇ ਚੱਲ ਜਾਣਾ ਹਾਂ ਘਰ ਦੇ ਵਿੱਚ ਹੋਰ ਕੋਣ ਕੋਣੇ ਆ ਘਰ ਦੇ ਵਿੱਚ ਇੱਕ ਰਾ ਆ ਮੇਰਾ ਇੱਕ ਮੈਂ ਅੰਮੀ ਡੈਡੀ ਹੈ ਨਹੀਂ ਡੈਥ ਹੋ ਗਈ ਸੀ ਕਿੰਨੀ ਉਮਰ ਹੋ ਗਈ ਤੁਹਾਡੀ ਉਮਰ ਹੋਣੀ ਹੈ 40 ਸਾਲ ਦੀ ਬਦਰ ਇੱਕ ਵਾਰੀ ਤੁਸੀਂ ਉੱਥੇ ਕਲੀਅਰ ਸ਼ਰੀਬ ਵੀ ਗਏ ਸੀ ਨਾ ਉੱਥੇ ਕੀ ਹੋਇਆ ਸੀ ਦੱਸੋਗੇ ਉੱਥੇ ਅਸੀਂ ਗਏ ਸੀ ਮੱਥਾ ਟੇਕਣ ਹਾਂਜੀ ਮੱਥਾ ਟੇਕਣ ਗਏ ਸੀ ਫਿਰ ਕੀ ਹੋਇਆ ਉੱਥੇ ਉੱਥੇ ਕੀ ਸ਼ਰਤ ਲਾਈ ਸੀ ਕੋਈ ਚੀਜ਼ ਖਾਣ ਦੀ ਨਹੀਂ ਸ਼ਰਤ ਨਹੀਂ ਉੱਧਾ ਅਸੀਂ ਗਏ ਸੀ ਆਪਣੇ ਮੱਥਾ ਟੇਕਣ ਕੋ ਅੱਗੇ ਤੇ ਤੁਸੀਂ ਕੋਈ ਗੱਲ ਨਹੀਂ ਅੱਛਾ ਬਦਰ ਭਾਜੀ ਕਿੰਨੀਆਂ ਰੋਟੀਆਂ ਖਾਣੇ ਤੁਹਾਨੂੰ ਰੋਟੀਆਂ 40 ਕਿਲੇ ਕਿਹਾ ਗਾਸੀ ਨਹੀਂ ਆਖ ਲਈਆਂ ਇੱਕੋ ਟਾਈਮ ਤੇ ਆੜੀ ਕਿੰਨੀਆਂ 40 ਕਿਲੇ ਕਿਹਾ ਦੁਬਾਰਾ ਫੇਰ ਦੱਸੋ ਦਰਸ਼ਕਾਂ ਨੂੰ 40 ਕਿਲੇ ਕਿਹਾ ਇੱਕੋ ਟਾਈਮ ਹੂੰ ਤੇ ਹੁਣ ਰੋਟੀਆਂ ਜਿਹੜੀਆਂ ਜ਼ਿਆਦਾ ਛੋਟ-ਛੋਟੀਆਂ ਜਿਹਦਾ ਢਾਗੇ ਦੀਆਂ ਉਹ ਤਾਂ ਜ਼ਿਆਦਾ ਖਾ ਹੋ ਜਾਣੀਆਂ ਉਹ ਕਿੰਨੀਆਂ ਖਾ ਹੋ ਜਾਣੀਆਂ ਉਹ 60 ਖਾ ਹੋ ਜਾਣੀਆਂ 60 ਕਿ ਟਾਈਮ ਹੂੰ ਤੇ ਐਨੀ ਆ ਕਿਦਾਂ ਤੁਸੀਂ ਰੋਟੀਆਂ ਖਾ ਲੈਣੇ ਆ ਕੱਲ ਸਿੱਧੀਆਂ ਇੱਕੋ ਟਾਈਮ ਖਾਈ ਦੀ ਕਿੱਦਾਂ ਖਾ ਲੈਣੇ ਮਤਲਬ ਕੀ ਪ੍ਰੋਬਲਮ ਕੀ ਹੈ ਤਿੰਨਾ ਟਾਂਗਾਂ ਦੀ ਇੱਕੋ ਵਾਰੀ ਖਾਣੀ ਹੈ ਜਿਹੜੇ 20-20 ਰੋਟੀਆਂ ਕਰਕੇ ਤਿੰਨ ਟਾਈਮਾਂ ਦੀ ਇੱਕੋ ਵਾਰੀ ਹੈ ਤੇ ਤੁਸੀਂ ਅੰਦਰ ਫੋਟੋ ਵੀ ਬੜੀਆਂ ਲਗਾਈਆਂ ਆ ਕੋਈ ਸੰਤ ਮਹਾਤਮਾਨੀ ਸਾਰੇ ਨਹੀਂ ਆ ਇਹ ਹਾਂਜੀ ਹਾਂਜੀ ਇਹ ਸਾਰੇ ਬਾਬੇ ਨੂੰ ਮੰਨਦੇ ਹੋ 24 ਗੁੰਡੇ ਹੋਏ ਆ ਇੰਜੀਨੀਅਰ ਦਾਸਾਂ ਕਰਾਂਗੇ 24 ਗੁੰਡੇ ਘਰ ਚਲ ਗਏ ਨੀ ਸੁੱਖਾਂ ਕੂਰੀਆਂ ਹੋ ਗਈਆਂ ਤੁਹਾਡੇ ਕੋ ਹਾਂਜੀ ਤੇ ਬਦਰਪਾ ਜੀ ਇੰਨੀ ਭੁੱਖ ਲੱਗਦੀ ਹੈ ਤੁਹਾਨੂੰ ਜਾਂ ਕੀ ਚੱਕਰ ਕੀ ਆ ਆਹ ਹੋ ਗਏ ਕੋਟੇ ਹੁ ਖਾਲੀ ਲਿਆ ਡੇੜੀ ਚ ਰਾਜ ਕੇ ਦੁਪਹਿਰ ਟਾਂਗ ਤੱਕੇਰੇ ਖਾਣੀ ਜਾ ਕੇ ਦਕਰ ਨੂੰ ਮਿਲਦੀ ਹੁੰਦੀ ਗੌਰ ਠੀਕ ਹੈ ਤੇ ਇਹ ਤੋ ਇਹ ਕਿਦਾਂ ਪਤਾ ਲੱਗ ਗਿਆ ਵੀ ਤੁਸੀਂ ਇੰਨੀਆਂ ਰੋਟੀਆਂ ਖਾ ਸਕਦੇ ਆ ਨਹੀਂ ਹੁਣ ਵਾਲੇ ਤੋਂ ਲੈ ਨਜ਼ਰ ਲੱਗਦੀ ਇੰਦਾ ਕਹਨੂੰ ਦੇਖ ਲੈ ਨਹੀਂ ਹੈ ਨਹੀਂ ਕੋਰੇ ਆਪਣੇ ਕੋਟਿਆਂ ਦੇ ਹੁੰਦੇ ਆ ਨਹੀਂ ਇਦਾਂ ਜਿਆ ਸੁਣਦੇ ਨਜ਼ਰੇ ਨਜ਼ਰਾ ਜਾਂਦੀ ਕਿ ਇਦਾਂ ਕੀ ਜਿੱਦਾਂ ਨਜ਼ਰੇ ਲੱਗਦੀ ਆ ਤੂੰ ਗਿਆ ਤਾਂ ਹੈ ਨਹੀਂ ਦਾ ਤੂੰ ਜਾ ਕੌਣ ਅੱਛਾ ਜੀ ਤੇ ਕੀ ਕੀ ਨਜ਼ਰ ਲੱਗਦੀ ਨਜ਼ਰ ਜਿੱਦਾਂ ਹੋਰ ਕਿਸੇ ਨੇ ਇਦਾਂ ਸੁਣਨਾ ਕਿ ਕਹਿਣਾ ਇੰਨੀਆਂ ਰੋਟੀਆਂ ਇਦਾਂ ਹਾਂ ਜੀ ਕੋਈ ਜੰਦੀ ਨਜ਼ਰੇ ਲੱਗਦੀ ਹੁੰਦੀ ਇਦਾਂ ਤੇ ਇਹ ਫੇਰ ਬਾਹਰਲੀ ਗੋਤੀ ਚ ਲਾ ਦੇ ਫੇਰ ਹੁਣ ਨੇਰੇ ਚ ਆਉਂਗੇ ਅੱਛਾ ਜੀ ਤੇ ਫੇਰ ਬਾਦਰ ਪਾਜੀ ਤੇ ਫੇਰ ਜੇ ਮਤਲਬ ਨਜ਼ਰ ਬਾਹਰਲੀ ਗੋਤੀ ਲਾ ਦੇ ਇੱਕ ਮਿੰਟ ਪਾਜੀ ਜਿਹੜੀਆਂ ਅੰਦਰ ਇੰਨੀਆਂ ਕਸਟਾਂ ਪਈਆਂ ਅੰਦਰ ਡਿੱਕ ਪਏ ਅੰਦਰ ਐਲਸੀਡੀਆਂ ਪਈਆਂ ਇਹ ਕੀ ਇਹ ਕਦ ਲਈ ਇੰਨੀਆਂ ਪੁਰਾਣੀਆਂ ਕਸਟਾਂ ਕਿਉਂ ਉਹ ਹੈ ਆਕਣੀਆਂ ਰੱਖੀਆਂ ਆ ਸੰਭਾਲ ਕੇ ਸੁਣ ਲੈਦੀਆਂ ਇਦਾਂ ਇਹ ਕਿਹੜਾ ਸਿੰਗਰ ਕਿਹੜਾ ਪਸੰਦ ਹੈ ਤੁਹਾਨੂੰ ਸਿੰਗਰ ਲਾ ਵੀਰਾ ਸਰ ਤੇ ਬਲਸਕੰਦਰ ਬਾਕੀ ਹੋਰ ਵਿਵੇਂਦਰ ਖਿਆ ਦਨੇ ਕਰਾਣੇ ਕਰਾਣੇ ਸੁਣੀ ਦੇ ਗਾਗਨ ਸਿੰਘ ਸਾਗਰ ਕੋਟੀ ਹਾਂਸ ਰਾਜ ਨਹੀਂ ਕੋਈ ਗਾਣਾ ਜਾਦੇ ਨਾ ਦਾ ਗਾਣੇ ਨਾਲ ਸੁਣੀ ਦੇ ਆ ਗਾਈ ਦਾ ਵੀ ਕੋਈ ਗਾਣੇ ਵੀ ਆ ਨਹੀਂ ਗਾਉਂਦੇ ਨਹੀਂ ਉਦਾਂ ਸੁਣ ਲੇਦੇ ਆ ਅੱਛਾ ਬਾਦਰਪਾ ਜੀ ਤੁਸੀਂ ਵੀ ਇਦਾਂ ਚੈੱਕ ਨਹੀਂ ਕਰਾਇਆ ਬਈ ਜਿਹੜਾ ਇੰਨੀ ਆ ਇੰਨਾ ਤੁਸੀਂ ਮਤਲਬ ਜਿਹਦਾ ਰੋਟੀ ਖਾਣੀ ਆ ਚੈੱਕ ਹੀ ਕਰਾਉਣਾ ਇਹ ਕਿ ਕੋਟੈਂਕ ਤੇ ਖਾਈ ਦੀ ਦਿਹਾੜੀ ਕਦੀ ਚੈੱਕ ਨਹੀਂ ਕਰਾਇਆ ਲੈ ਇਹ ਛੱਡੋ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਅੱਛਾ 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 ਤੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਕੋਈ ਵੀ ਨਾ ਨਾ ਠੀਕ ਹੈ ਤੇ ਉਦਾਂ ਉਦਾਂ ਭਾਜੀ ਆਪਾਂ ਮਤਲਬ ਸਾਰੀ ਜਿਹੜੀ ਕੋਈ ਕੰਮ ਕਰਦੇ ਆ ਨਹੀਂ ਕਿਉਂ ਕਿਹੜਾ ਕਰਨਾ ਗਾ ਸਗੁਰੂ ਘਰ ਜਾਈਦਾ ਇਦਾਂ ਸਾਈਕਲ ਤੇ ਸਾਈਕ ਸਾਰੀ ਜਿਹੜੀ ਸਾਈਕਲ ਤੇ ਰਹਿੰਦੇ ਹੋ ਸਾਈਕਲ ਤੇ ਖੜ ਕੇ ਲੰਗਰ ਛਕੀਦਾ ਇਦਾਂ ਗਏ ਕੇ ਨਹੀਂ ਛਕਣ ਤੇ ਖੜ ਕੇ ਛਾਲੀਦਾ ਤੇ ਬੰਦੇ ਕਦੇ ਨਹੀਂ ਫੇ ਤੁਸੀਂ ਬੰਦੇ ਨਹੀਂ ਖੜ ਕੇ ਖਾਲੀਦਾ ਫੇ ਟਾਈਮ ਜਿਆਦਾ ਲੱਗ ਜਾਂਦਾ ਘੰਟਾ ਡੇਢ ਘੰਟਾ ਖੜ ਕੇ ਠੀਕ ਰਹਿੰਦਾ ਠੀਕ ਹੈ ਠੀਕ ਹੈ ਬਦਰ ਭਾਈ ਤੁਹਾਡੀ ਮੈਰਿਜ ਹੋਈ ਸੀ ਨੇ ਗਰਜ ਨਹੀਂ ਹੋਈ ਅੱਛਾ ਠੀਕ ਹੈ ਪਾਪਾ ਕੀ ਕਰਦੇ ਸੀ ਸਾਡੇ ਡੈਡੀ ਤਾਂ ਗੈਂਕ ਚ ਲੱਗੇ ਹੋ ਸਟੇਟ ਗੈਂਕਸ ਅੱਛਾ 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 ਫਿਰ ਸ਼ਾਮ ਨੂੰ ਕਿੰਨੇ ਵਜੇ ਘਰ ਆ ਜੰਨੇ ਹੋ ਸ਼ਾਮ ਨੂੰ ਆ ਜੀ ਦਾ ਕੰਜ ਕਿ ਹੋ ਜੇ 5 ਵਜੇ ਠੀਕ ਹੈ ਓਕੇ ਟੈਂਗ ਨਾਲ ਆ ਜੀ ਦਾ ਦਿਨੇ ਦਿਨੇ ਅੱਛਾ ਜਣੀ ਆਪਾਂ ਮਤਲਬ ਇਹ ਗੱਲ ਇਹ ਗੱਲ ਪੱਕੀ ਹੈ ਜਿੱਦਾਂ ਆਪਾਂ ਤੂੰ ਹੀ ਕਹਿੰਦੇ ਸ਼ਰਤ ਲਾ ਕੇ ਵੀ ਤੁਸੀਂ ਖਾ ਸਕਦੇ ਆ ਐਦਾਂ ਦਾ ਕੁਝ ਗੱਲ ਸਹੀ ਆ ਜਾਂ ਉਹ ਅਫਵਾਹ ਆ ਸ਼ਾਰਦਾ ਲਾਈ ਨਹੀਂ ਜੇ ਕੋਈ ਗੁੰਡਾ ਹੁੰਦਾ ਹੁੰਦਾ ਲਾਉਣ ਵਾਲਾ ਉਧਰ ਜਾਣਾ ਹੁਣ ਦਿੱਲੀ ਨੂੰ ਜਾਂਦੇ ਨੇ ਕਿਹੜਾ ਟੱਗ ਆਇਆ ਕਹਿੰਦੇ ਲੱਖ ਰੁਪਏ ਨਾਗ ਦਿੰਦੇ ਆ ਹਾਂਜੀ ਇੱਕ ਕਹਦਾ ਨਹੀਂ ਇੱਕ ਰੌਠਾ ਖਾਣਾ ਖਰੇ ਦੋ ਉੱਥੇ ਕੀ ਕਰਨ ਆਪਾਂ ਰੌਠੇ ਖਲਾਉਂਦੇ ਆ ਉਹ ਮੋਥਲ ਜਿਹਨੂੰ ਕਹਿੰਦੇ ਉੱਥੇ ਹੈ ਟੱਗ ਫਿਰ ਉਹ ਕੀ ਕਰਨ ਖਾ ਕੇ ਨਾਗ ਦਿੰਦੇ ਆ ਲੱਖ ਰੁਪਏ ਜਿਹੜਾ ਖਾ ਲਗੇ ਇਦਾਂ ਬਸ ਤੁਸੀਂ ਉਹ ਖਾ ਲੋਗੇ ਲਗਿਆ ਹੀ ਨਹੀਂ ਕੋਈ ਹਜੇ ਇਹਨੂੰ ਗੰਦੇ ਲਿਜਾਣ ਨੂੰ ਕਹਿੰਦੇ ਸੀ ਕਹਿੰਦੇ ਅੱਧੇ ਕਹੇ ਸਾਨੂੰ ਦੇ ਦੇਉਂਗਾ ਕਿ ਇਹਦਾ ਕੀ ਫਾਇਦਾ ਹੁਣ ਉਹਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਹਾਂ ਜ਼ਾਦਾ ਕੱਚੀ ਕਈ ਯਾਰ ਲੈ ਲਿਓ ਗੀ ਕੱਚੀ ਹਜ਼ਾਰ ਕਹਿੰਦੇ ਅੱਧੇ ਦੇ ਦਿਓ ਲੈ ਇਦਾਂ ਕਹਿੰਦੇ ਸੇ ਅਸੀਂ ਖੁਕਤਾ ਨਹੀਂ ਸਲਾਗਣਾਈ ਠੀਕ ਹੈ ਤੁਹਾਨੂੰ ਕਿੱਦਾਂ ਕਰਾਵੇ ਕਲਿਆ ਸ਼ਰੀਫ ਵੈਸੀ ਸਾਨੂੰ ਪਤਾ ਲੱਗਾ ਸੀ ਪਹਿਲਾਂ ਨਹੀਂ ਤੁਸੀਂ ਗਏ ਹੋ ਸੀ ਉੱਥੇ ਨਹੀਂ ਅਸੀਂ ਗਏ ਨਹੀਂ ਸਾਨੂੰ ਪਤਾ ਲੱਗਾ ਸੀ ਵੀ ਉੱਥੇ ਵੀ ਸ਼ਰਤ ਲੱਗੀ ਸੀ ਕੋਈ ਚੀਜ਼ ਖਾਣ ਦੀ ਅੱਛਾ ਅੱਛਾ ਉਹ ਤਾਂ ਮੱਥਾ ਟੇਕਣ ਗਏ ਸੀ ਜੀ ਓਕੇ ਜੀ ਓਕੇ ਹਾਂਜੀ ਭਾਜੀ ਇਹ ਕੀ ਕਹਿ ਰਹੇ ਤੁਸੀਂ ਮੈਂ ਕਿ ਤਿੰਨ ਤਿੰਨ ਕਿਲੋ ਜਲੇਬੀਆਂ ਵੀ ਖਾਧੀਆਂ ਕਲਾ ਕਲਾ ਗਰਮ ਗਰਮ ਗੋੜ ਖਾਧੀਆਂ ਯਾਨੀ ਤੇ ਕਿਉਂ ਸਾਰ ਵਧੀਆ ਲੱਗਦੀਆਂ ਸੀ ਹੌਣ ਜਾਂ ਛੱਡੀਆਂ ਤਾਂ ਘੱਟਈ ਹੁਣ ਥੋੜੀ ਖਾਈ ਦੀ ਲੇਕਿਨ ਇੱਕ ਕਿਨੀ ਗਰਮ ਕਿਨੀ ਥਾਲਕ ਤਾਂ ਖਾਜੀਦਾ ਹੁਣ ਵੀ ਇੱਕ ਥਾਲ ਗਰਮ ਗਰਮ ਖਾਈ ਦੀਆਂ ਕਰ ਤੇ ਪਾਜੀ ਜਾਂਦਾ ਕਿੱਥੇ ਵੇ ਪੇਟ ਤਾਂ ਤੁਹਾਡਾ ਬਹੁਤ ਛੋਟਾ ਆ ਫੇ ਜਾਨੀਆਂ ਕਿੱਥੇ ਆ ਇਹ ਦੋ ਗਾਲਟੀਆਂ ਕਹਾਣੀ ਦੀਆਂ ਸਵੇਰ ਨੂੰ ਇੱਕ ਇੱਕ ਫੇ 11 ਲੀਟਰ ਕਹਾਣੀ 6 ਲੀਟਰ ਸਵੇਰ ਨੂੰ 6 ਫੇ ਵਾਚ ਲੰਗਰ ਚੱਕ 12 ਲੀਟਰ ਪਾਣੀ ਆ ਲੀਟਰ ਦਾ ਗਲਾਸ ਰੱਖਿਆ ਆ ਹਾਂਜੀ ਆ ਇੱਕ ਘੰਟੇ ਦੀ ਗੋਤਰਮ ਗਈ ਸੀ ਉਹ ਅਕੇਲੇ ਹੁਣ 2 ਲੀਟਰ ਦੀ ਆਉ ਤਾਂ ਕੋਈ ਨਹੀਂ अच्छा ते फिर और ਗੋਸੇ ਹੀ ਆ ਸਿਆੜਾ ਨੂੰ ਇੱਕ ਕੁਆਲਟੀ ਨਾਲ ਸਰ ਜਾਂਦਾ ਗਰਮੀਆਂ ਨੂੰ ਦੋ ਗਰਮੀ ਨੂੰ ਦੋ ਬਾਲਟੀਆਂ ਦੋ ਲੱਗੇ ਜਾਣੀਆਂ ਠੀਕ ਹੈ ਠੀਕ ਹੈ ਗਰਮੀਆਂ ਨੂੰ ਤਾਂ ਹਰਕ ਨੂੰ ਥਿਆ ਲੱਗਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਇਦਾਂ ਤੇ ਬਾਦਰਪਾ ਜੀ ਕਦੇ ਕਿਸੇ ਡਾਕਟਰ ਨੂੰ ਵੀ ਦਿਖਾ ਲਿਆ ਤੁਸੀਂ ਪਹਿਲਾਂ ਗਾਂ ਜਾਂਦੇ ਰਿਆਂ ਜਲੰਧਰ ਦਵਾਈ ਲਿਆਉਂਦੇ ਰਿਆਂ ਉੱਥੇ ਠੀਕ ਸੀ ਤੁਰਦਾ ਸੀ ਗੋਚੇ ਇਦਾਂ ਹੋ ਗਏ ਬੱਚ ਕੀ ਪ੍ਰੋਬਲਮ ਆਈ ਜਿਹੜਾ ਤੁਸੀਂ ਬੈਠ ਨਹੀਂ ਸਕਦੇ ਗੋਚੇ ਤੁਰਖੇ ਨਹੀਂ ਇਦਾਂ ਹੁਣ ਹੁੰਦਾ ਸੱਟ ਕਿਦਾਂ ਲੱਗੀ ਤੁਹਾਡੇ ਕੋਤਾ ਨਹੀਂ ਕੀ ਗੱਲ ਹੋ ਗਈ ਪਤਾ ਨਹੀਂ ਲੱਗਾ ਹਨ ਕੋਤਾ ਨਿਆਣੇ ਹੁੰਦੇ ਨੇ ਲੱਗੇ ਹੂੰ ਕਿੱਲਾ ਓਕੇ 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 ਪਾਜੀ ਕੀ ਨਾਮ ਆਪਣਾ ਜੀ ਸਰ ਮੇਰਾ ਐਮਪੀ ਕੁਮਾਰ ਤੇ ਰੈਂਪੀ ਜੀ ਕੀ ਲੱਗਦਾ ਹੈ ਬਾਦਰਜੀ ਹਾਲ ਦੇਖ ਕੇ ਬਾਦਰਜੀ ਹਾਲ ਤਾਂ ਵਿਚਾਰੇ ਬਹੁਤ ਖਰਾਬ ਆ ਜਾਨਕੀ ਜੀ ਜਿਹੜੀ ਜਿੰਨੀ ਵੀ ਹੈਲਪ ਹੁੰਦੀ ਹੋਵੇ ਉਹ ਨਹੀਂ ਕੀਤੀ ਜਾਵੇ ਜੋ ਤੁਸੀਂ ਕਿਹਾ ਆ ਰੋਟੀ ਉਹ ਬਾਕੀ 60 60 ਰੋਟੀਆਂ ਖਾ ਜਾਂਦਾ ਜੀ ਬਾਲਟੀਆਂ ਪਾਣੀ ਦੀਆਂ ਪੀ ਜਾਂਦਾ ਜਲੇਬੀਆਂ ਦਾ ਥਾਲ ਖਾ ਜਾਂਦਾ ਜੀ ਇਹ ਗੱਲ ਬਿਲਕੁਲ ਸਹੀ ਹੈ ਇਹ ਵੀ ਢੱਡ ਵਿੱਚ ਕੀੜੇ-ਕੂੜੇ ਤਾਂ ਨਹੀਂ ਹੈਗੇ ਨਹੀਂ ਇਦਾਂ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਇਹ ਸਨ 2004 ਤੋਂ ਖਾ ਰਿਹਾ ਜੀ ਤਾਂ ਇਹ ਲਗਾਤਾਰ ਹੀ ਲਗਾਤਾਰ ਹੀ ਖਾ ਰਿਹਾ ਜੀ ਫੇ ਰੋਟੀ ਬਣਾਉਂਦਾ ਕੋਣ ਰਿੰਪੀ ਰੋਟੀ ਨਹੀਂ ਇਦਾਂ ਗੁਰਦੁਆਰਾ ਸਾਹਿਬ ਜਾ ਕੇ ਜੀ ਇੱਥੋਂ ਇਹਦਾ ਜਾਣਾ ਚੱਲਦਾ ਜੀ ਫੇ ਫੇਰ ਇੱਕੋ ਦਿਨ ਹੀ ਇੱਕੋ ਵਾਰ ਹੀ ਖਾਂਦਾ ਹੈ ਰੋਟੀ ਨਹੀਂ ਆ ਜਾਂ ਮਤਲਬ ਸਾਰਾ ਦਿਨ ਚ ਇੱਕੋ ਟਾਈਮ ਖਾਂਦਾ ਜੀ ਇਹ ਰੋਟੀ ਇੱਕੋ ਟਾਈਮ ਜਦੋਂ ਗੁਰਦੁਆਰਾ ਸਾਹਿਬ ਜਿੱਥੇ ਮਾਜੀ ਪ੍ਰੋਗਰਾਮ ਹੋਵੇ ਪੈਂਡ ਹੋਵੇ ਪਟਲਾਵੇ ਹੋਵੇ ਜੀ ਜਿੱਥੇ ਉੱਥੇ ਚੱਲ ਜਾਂਦਾ ਜੀ ਇਹ ਜਿੱਥੋਂ ਕੋਈ ਸੱਦਾ ਦੇ ਜੀ ਉੱਥੇ ਚੱਲ ਜਾਂਦਾ ਜੀ ਹਾਂ ਜੀ ਫਿਰ ਇਹ ਪਤਾ ਨਹੀਂ ਲੱਗਾ ਕਿਉਂਕਿ ਇਹ ਜਿਆਦਾ ਮੋਟੇ ਵੀ ਹੈ ਨਹੀਂ ਇਹ ਪਤਾ ਨਹੀਂ ਲੱਗਾ ਵੀ ਇਦਾਂ ਕਿਉਂ ਹੈ ਨਹੀਂ ਰੋਟੀਆਂ ਖਾ ਰਿਆ ਇਹ ਤਾਂ ਸਰ ਆਪ ਇੱਥੇ ਪਿੰਡ ਦੇ ਵਿੱਚ ਰਹਿੰਦੇ ਸੋਚਦੇ ਆ ਵੀ ਇਹਦੀ ਰੋਟੀ ਜਾਂ ਖਾਂਦੇ ਨਹੀਂ ਖਾਂਦਾ ਜਾਂਦੀ ਕਿੱਥੇ ਆ ਜੀ ਸਾਨੂੰ ਪਤਾ ਨਹੀਂ ਲੱਗਦਾ ਜੀ ਸਾਨੂੰ ਵੀ ਇਹ ਵੀ ਖਲਾਉਂਦੇ ਰਹਿੰਦੇ ਆ ਤਾਂ ਆਪ ਕਹਿਆ ਕੱਲ ਨੂੰ ਪ੍ਰੋਗਰਾਮ ਹੈ ਸਾਡੇ ਵੀ ਤੁਸੀਂ ਪਹੁੰਚੋ ਉੱਥੇ ਉਹ ਮਮਾਗੇ ਕੱਲ ਉੱਥੇ ਵੀ ਜਾਉਗੇ ਹਾਂ ਜੀ ਤੇ ਕੱਲ ਨੂੰ ਫਿਰ ਇੰਨੀ ਇੰਨੀ ਇੰਨੇ ਪਾਣੀ ਪੀਣਗੇ ਨਹੀਂ ਰੋਟੀਆਂ ਖਾਣਗੇ ਹਾਂ ਜੀ ਬਿਲਕੁਲ ਨਹੀਂ ਖਾਊਗੀ ਰੋਟੀਆਂ ਖਾਊਗੇ ਖੜ ਕੇ ਜੀ ਖੜ ਕੇ ਖਾਊਗੇ ਜੀ ਹਾਂ ਜੀ ਜਿਹੜੀ ਪਿੰਡ ਵਾਲੇ ਹੈਰਾਨ ਬਿਲਕੁਲ ਹੈਰਾਨ ਤਾਂ ਹੁੰਦੇ ਆ ਜੀ ਵੀ ਇਹਦੀ ਇੰਨੀ ਰੋਟੀ ਖਾਂਦਾ ਜਾਂਦੀ ਕਿੱਥੇ ਆ ਜੀ ਬਿਲਕੁਲ ਸਾਡੇ ਵੀ ਢੇਡੂ ਨੇ ਲਗਾ ਇਹਦੇ ਵੀ ਉਹਨੇ ਲਗਾ ਜੀ ਯਾਰ ਕਿੱਥੇ ਰਹੀ ਆ ਜੀ ਹਾਂ ਜੀ ਇਹ ਗੱਲ ਓਕੇ ਥੈਂਕ ਯੂ ਥੈਂਕ ਯੂ ਸਰ ਓਕੇ ਅਸੀਂ ਤੁਹਾਡੀ ਗੱਲਬਾਤ ਕਰਾਈ ਬਹਾਦਰ ਸਿੰਘ ਜੀ ਦੇ ਨਾਲ ਜਿਹਨਾਂ ਜਿਹੜੇ ਕਿ ਦਿਨ ਦੇ ਵਿੱਚ 60 ਰੋਟੀਆਂ ਖਾਂਦੇ ਦੋ ਬਾਲਟੀਆਂ ਜਿਹੜੀਆਂ ਪਾਣੀ ਦੀਆਂ ਪੀ ਜਾਂਦੇ ਆ ਔਰ ਜਿਹੜੇ ਉਹ ਜਿਹੜੀਆਂ ਜਲੇਬੀਆਂ ਉਹਦਾ ਹਿਸਾਬ ਤਾਂ ਨਹੀਂ ਪਤਾ ਥਾਲ ਦੇ ਵਿੱਚ ਸ਼ਾਇਦ ਜਿੰਨੀਆਂ ਵੀ ਹੋਣ ਉਨੀਆਂ ਉਹ ਖਾ ਜਾਂਦੇ ਆ ਪਰ ਗਰੀਬੀ ਕੀ ਕੀ ਕਰਾਉਂਦੀ ਆ ਔਰ ਗਰੀਬੀ ਦੇ ਵਿੱਚ ਇਨਸਾਨ ਸ਼ਾਇਦ ਜਿਹੜੀ ਰੋਟੀਆਂ ਦੀ ਉਹ ਗਿਣਤੀ ਭੁੱਲ ਜਾਂਦਾ ਹੈ ਇਹੀ ਕਰਨਿਆ ਕਿ ਅੱਜ ਬਹਾਦਰ ਜਿਹੜਾ ਕਿ ਸਿੱਧਾ ਸਾਦਾ ਬੰਦਾ ਹੈ ਰੱਬੀ ਰੂਹ ਆ ਔਰ ਜਦੋਂ ਵੀ ਰੋਟੀ ਖਾਂਦਾ ਸ਼ਾਇਦ ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਮੈਂ ਕਿੰਨੀਆਂ ਰੋਟੀਆਂ ਖਾਣੀਆਂ ਔਰ ਜਿਹੜੇ ਖਿਲਾਉਣ ਵਾਲੇ ਆ ਉਹ ਰੋਟੀਆਂ ਗਿਣਦੇ ਰਹਿੰਦੇ ਆ ਡੇਲੀ ਪੋਸਟ ਪੰਜਾਬੀ ਤੋਂ ਹੀ ਦੇ ਰਹੇ ਹਾਂ ਕੈਮਰਾਮੈਨ ਅਮਿਤ ਸੁਮੰਤ ਤੇ ਗੁਰਪ੍ਰੀਤ ਬੰਗੜ ਦੇ ਨਾਲ ਪਿੰਡ ਨੌਰਾ ਤੋਂ ਮੈਂ ਲਾਲ ਕਮਲ ਨਮਾ ਸ਼ਹਿਰ ਡੇਲੀ ਪੋਸਟ ਪੰਜਾਬੀ ਲਈ